ਜੈ ਵਾਲਮੀਕੀ ਜੀ, ਸਾਰੇ ਭੈਣ ਭਰਾਵਾਂ ਨੂੰ ਅਤੇ ਵੀਰਾਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਜੀ, ਅਤੇ ਦੀਵਾਲੀ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ। ਅਤੇ ਹੁਣੇ ਅਸੀਂ ਥੋੜ੍ਹੇ ਦਿਨ ਪਹਿਲਾਂ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਮਨਾਇਆ, ਜਿਸ 'ਤੇ ਸਾਡੇ ਕੋਲ ਬਹੁਤ ਪਤਵੰਤੇ ਸੱਜਣ ਪਹੁੰਚੇ। ਸਾਡੇ ਹਲਕੇ ਦੀ ਸ਼ਾਨ MLA ਸਾਹਿਬ ਮਦਨ ਲਾਲ ਜਲਾਲਪੁਰ ਜੀ, ਗੇਜਾ ਰਾਮ ਵਾਲਮੀਕੀ ਜੀ ਥੋੜ੍ਹਾ ਲੇਟ ਹੋਣ ਕਰਕੇ ਨਹੀਂ ਪਹੁੰਚ ਪਾਏ, ਹਰਨੇਕ ਸਿੰਘ ਜੀ ਪ੍ਰੋਫੈਸਰ ਸਾਹਿਬ ਪੰਜਾਬੀ ਯੂਨੀਵਰਸਿਟੀ ਤੋਂ ਗੋਲਡ ਮੈਡਲਿਸਟ ਇਹ ਵੀ ਪਹੁੰਚੇ। ਅਸੀਂ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਅਸੀਂ ਉੱਥੇ ਦਲਿਤ ਮੁੱਦਿਆਂ ਬਾਰੇ ਬਹੁਤ ਵਿਚਾਰਾਂ ਕੀਤੀਆਂ, ਅਤੇ ਅਸੀਂ ਕੁਝ ਮੰਗਾਂ ਸੀ ਸਾਡੀਆਂ ਜੋ ਕਿ MLA ਸਾਹਿਬ ਨੇ ਪਹਿਲ ਦੇ ਆਧਾਰ 'ਤੇ ਮੰਨ ਲਈਆਂ, ਜਿਨ੍ਹਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਅਸੀਂ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਜੋ ਵੀ ਇਹਨਾਂ ਨੂੰ ਕਹਿੰਦੇ ਹਨ, ਸਰਕਾਰ ਤੋਂ ਅਸੀਂ ਜੋ ਡਿਮਾਂਡ ਕਰਦੇ ਹਾਂ, ਇਹ ਪਹਿਲ ਦੇ ਆਧਾਰ 'ਤੇ ਸਾਡੀ ਪੂਰੀਆਂ ਕਰਦੇ ਹਨ। ਪਰਮਾਤਮਾ ਕਰੇ ਕਿ ਇਸੇ ਤਰ੍ਹਾਂ ਹੀ ਇਹ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਰਹਿਣ ਅਤੇ ਸਾਡੇ ਕੰਮ ਹੁੰਦੇ ਰਹਿਣ। ਮੈਂ ਇੱਕ ਵਾਰੀ ਫਿਰ ਦੁਬਾਰੇ ਸਾਰਿਆਂ ਨੂੰ ਸੰਬੋਧਨ ਕਰਦਾ ਹੋਇਆ ਦੱਸਦਾ ਕਿ ਦੀਵਾਲੀ ਦੀਆਂ ਸਾਰੇ ਵੀਰਾਂ ਨੂੰ, ਭੈਣਾਂ ਨੂੰ ਲੱਖ ਲੱਖ ਮੁਬਾਰਕਾਂ ਕਿ ਦੀਵਾਲੀ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ। ਜੈ ਵਾਲਮੀਕੀ।